asleep. Oh, Lord. ਉਹ ਮਾਂ ਤੁਹਾਡੇ ਪੈਸੇ ਚੋਰੀ ਕੀਤੇ ਨੇ ਜਾਂ ਤੁਹਾਡੀ ਮੱਝ ਖੋਲ ਲਈ ਏ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੈਂ ਤੁਹਾਡੇ ਹਸਾਬ ਅਰਮਿੰਦ ਕਹਿੰਦਾ ਤਾਂ ਸਰ ਠੀਕ ਠਾਕ ਹੋ ਗਏ ਭਾਈ ਹੱਥ ਦਰਖਤਾਂ ਥੱਲੇ ਛਾਵੇਂ ਮੈਂ ਵਲੋਗ ਸਟਾਰਟ ਕਰਨ ਆਇਆ ਸਾਂ ਅਤੇ ਕਾਵਾਂ ਨੂੰ ਪਤਾ ਨਹੀਂ ਕੀ ਹੋ ਗਿਆ ਮੇਰੇ ਖਿਆਲ ਆਪਣੇ ਨਾਲ ਵੇਖ ਕੇ ਰੋਲਾ ਪਾਉਣ ਲੱਗ ਪਏ ਅਤੇ ਭਾਈ ਆ ਅੱਜ ਨਾ ਮੇਰਾ ਵਿਆਹ ਹੈ ਵਿਆਹ ਤਾਂ ਯਾਰ ਬੜਾ ਧੂਮ ਧਾਮ ਨਾਲ ਕਰਨਾ ਸੀ ਮਤਲਬ ਬੜਾ ਜਿਸ ਤਰ੍ਹਾਂ ਕਰਨਾ ਸੀ ਜਿਸ ਤਰ੍ਹਾਂ ਪਲੈਨ ਸੀ ਉਸ ਤਰ੍ਹਾਂ ਕਰਨਾ ਸੀ ਪਰ ਜਦ ਸਾਰਾ ਪਲੈਨ ਜਿਹੜਾ ਨਾ ਚੇਂਜ ਹੋ ਗਿਆ ਥੋੜ੍ਹਾ ਐਮਰਜੈਂਸੀ ਮਤਲਬ ਨਿਕਾਹ ਕਰਨਾ ਪੈ ਰਿਹਾ ਵਿਆਹ ਨਹੀਂ ਕਰਨਾ ਅਤੇ ਅੱਜ ਜਿਹੜਾ ਨਾ ਮਤਲਬ ਨਿਕਾਹ ਹੈ ਅਤੇ ਬਹੁਤ ਜ਼ਿਆਦਾ ਗੱਡੀ ਸਜਾਉਣ ਗਏ ਨੇ ਅਤੇ ਮੈਂ ਜਿਹੜਾ ਹੁਣ ਚੱਲਾਂ ਹਮਾਮ 'ਚ ਦਾੜੀ ਸ਼ਾੜੀ ਸਿੱਧੀ ਪੱਧਰੀ ਕਰਾਉਣੀ ਹੋ ਕੱਪੜੇ ਸਵਾਉਣ ਦਾ ਟਾਈਮ ਵੀ ਨਹੀਂ ਲੱਭਾ ਕੱਪੜੇ ਪੁਰਾਣੇ ਇਸਤਰੀ ਕਰ ਲਏ ਨੇ ਅਤੇ ਉਹੀ ਪਾ ਕੇ ਚੱਲੇ ਹਾਂ ਮਾਮੂ ਹੋਰ ਜਿਹੜਾ ਗੱਡੀ ਬਾਹਰ ਕੱਢਣ ਡੇ ਨੇ ਮਾਮੂ ਹੋਰ ਨੇ ਆਪਣੇ ਜਿਹੜਾ ਵਾਲ ਛਾਲ ਕਟਾਉਣੇ ਨੇ ਦਾੜੀ ਸ਼ਾੜੀ ਸਿੱਧੀ ਪੱਧਰੀ ਕਰਾਉਣੀ ਹੈ ਅਤੇ ਮੈਂ ਵੀ ਕਰਾਉਣੀ ਹੈ ਅਤੇ ਮੈਂ ਕਿਹਾ ਚਲੋ ਫਿਰ ਇਕੱਠੇ ਚੱਲਦੇ ਹਾਂ ਉਸਤਾਦ ਕਿੱਥੇ ਹੈ ਮੋਬਾਈਲ ਸਹੀ ਕਰਾਉਣਗੇ ਮੋਬਾਈਲ ਸਹੀ ਕਰਾਉਣਗੇ ਹਾਂਜੀ ਯਾਰ ਮੈਂ ਮੇਰਾ ਅੱਜ ਵਿਆਹ ਹੈ ਮੇਰੇ ਵਾਲ ਕਟਾਉਣੇ ਨੇ ਦਾੜੀ ਸਿੱਧੀ ਪੱਧਰੀ ਕਰਾਈਏ ਹੁਣ ਮੈਂ ਘਰ ਆ ਗਿਆ ਵਾ ਭਾਈ ਆ ਕਾਰ ਸੱਜ ਕੇ ਆ ਗਈ ਹੈ ਭਾਈ ਆ ਨਹਾ ਧੋ ਕੇ ਤਿਆਰ ਮੈਂ ਹੋ ਗਿਆ ਚਿੱਟਾ ਸੂਟ ਪਾ ਲਿਆ ਹਾਰ ਪਾ ਲਿਆ ਹੁਣ ਕਮੈਂਟ ਕਰਕੇ ਦੱਸੋ ਲੱਗ ਰਹਿਣਾ ਪੂਰਾ ਲਾਰਾ ਅਤੇ ਅਸੀਂ ਤਾਂ ਸ਼ੁਕਰ ਕਰੋ ਮੈਂ ਸਾਬਣ ਨਹੀਂ ਮੂੰਹ 'ਚ ਲਾਇਆ ਨਹੀਂ ਤਾਂ ਤੁਹਾਡੀਆਂ ਅੱਖਾਂ 'ਚ ਲਿਸ਼ਕਾਰੇ ਪੈਣੇ ਹਨ ਅਤੇ ਹੁਣ ਜ਼ਰਾ ਆਪਣੇ ਦੋਸਤਾਂ ਨੂੰ ਮੈਂ ਕਾਲ ਕਰਨਾ ਵਾਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜ਼ਾਫਰ ਸਾਹਿਬ ਕਿੱਥੇ ਹੋ ਉਹ ਯਾਰ ਇੱਕ ਮਿੰਟ ਇੱਧਰ ਨੂੰ ਆ ਫਿਰ ਉਹ ਮੇਰਾ ਅੱਜ ਨਿਕਾਹ ਹੀ ਅਤੇ ਫਿਰ ਆ ਜਾ ਫਿਰ ਸਲਾਮੀ ਦੇ ਜਾ ਦੇਣੀ ਆ ਮੇਰਾ ਮਜ਼ਾਕ ਨਹੀਂ ਲੱਗਾ ਮੈਂ ਤੈਨੂੰ ਫੋਟੋ ਕਾਲ ਛੱਡਣਾ ਜ਼ਰਾ ਐਮਰਜੈਂਸੀ ਜਾਂ ਮਤਲਬ ਪਹਿਲਾਂ ਵਿਆਹ ਦਾ ਯਾਰ ਘਰ ਕਿੱਥੋਂ ਜਿਹਾ ਰੋਲਾ ਬਣ ਗਿਆ ਅਤੇ ਫਿਰ ਨਿਕਾਹ ਜਾਂ ਅਸੀਂ ਫਿਰ ਮਾਵੀ ਨੂੰ ਕਾਲ ਕੀਤੀ ਜਲਦੀ ਆ ਉਹ ਅਸੀਂ ਨਿਕਲਣ ਲੱਗੇ ਹਾਂ ਜਲਦੀ ਆ ਮਜ਼ਾਕ ਨਹੀਂ 5 ਮਿੰਟ ਲੱਗਣੇ ਜਲਦੀ ਆ ਬਸ ਆਰਾਮ ਦਾ ਲਾ ਕੇ ਤੁਰ ਜਾ ਜਲਦੀ ਆ ਨਾਲ ਥੋੜ੍ਹੀ ਜਿਹੀ ਵੀਡੀਓ ਬਣਾਉਣੀ ਜਲਦੀ ਆ ਮਿੰਟ ਮਾਰ ਕੇ ਹੈਲੋ ਕਿੱਥੇ ਹੈ ਆ ਸਕਦੇ 2 ਮਿੰਟ ਉੱਧਰ ਬੂਹੇ ਵੱਲ ਨੂੰ ਸਾਡੇ ਵੱਲ ਨੂੰ ਜਲਦੀ ਆਈ ਨਿਕਾਹ ਹੀ ਅਤੇ ਮਤਲਬ ਉੱਥੇ ਚੱਲੇ ਹਾਂ ਫਿਰ ਮਤਲਬ ਮੇਰਾ ਨਿਕਾਹ ਹੀ ਵਿਆਹ ਦਾ ਯਾਰ ਥੋੜ੍ਹਾ ਜਿਹਾ ਰੌਲਾ ਬਣ ਗਿਆ ਰਿਸ਼ਤੇਦਾਰਾਂ 'ਚ ਅਤੇ ਜਲਦੀ ਆ ਮਜ਼ਾਕ ਨਹੀਂ ਲੱਗਾ ਮਜ਼ਾਕ ਨਹੀਂ ਲੱਗਾ 10 ਮਿੰਟ ਲੱਗਣੇ ਅਸੀਂ ਨਿਕਲ ਜਾਣਾ ਫਿਰ ਇੱਥੋਂ 'ਤੇ ਜਲਦੀ ਆ ਜਾ ਜ਼ਾਫਰ ਵੀ ਆਉਣ ਲੱਗਾ ਜੀ ਹੈਂ 10 ਮਿੰਟ 'ਚ ਨਹੀਂ ਮਜ਼ਾਕ ਨਹੀਂ ਨਿਕਲਣ ਲੱਗਿਆ ਗੱਡੀ ਤਿਆਰ ਖਲੋਤੀ ਆ ਚਲ ਆ ਗਿਆ ਮੈਂ ਬੂਹੇ ਖਲੋਤਾ ਜਲਦੀ ਆ ਜਾ ਫਿਰ ਨਿਕਲਣ ਲੱਗੇ ਹਾਂ ਚਲ ਆ ਜਾ ਇੱਧਰ ਆ ਜਾ ਤੇ ਆਵਾਜ਼ ਨਹੀਂ ਸਹੀ ਹੋਣੀ ਇੱਧਰ ਆ ਜਾ ਇਸ ਸਾਈਡ ਵੱਲ ਆ ਜਾ ਇਹ ਕੀ ਹਿਸਾਬ ਹੈ ਰੋਲਾ ਬਣ ਗਿਆ ਥੋੜ੍ਹਾ ਜਿਹਾ ਰਿਸ਼ਤੇਦਾਰਾਂ ਵਿਆਹ ਵਿਆਹ ਇਹ ਕੀ ਕਾਹਦਾ ਵਿਆਹ ਵੀ ਇਹ ਗੱਡੀ ਨਹੀਂ ਵੇਖਿਆ ਥੱਲੋਂ ਵੇਖ ਕੇ ਆਇਆ ਭੁੱਲ ਲੱਗੇ ਮੈਂ ਦੌੜਦਾ ਆ ਮੈਨੂੰ ਸਾਹ ਵੇਖ ਕੇ ਚੜਿਆ ਤੂੰ ਤਾਂ ਮਿੰਟ ਨਹੀਂ ਮਾਰਿਆ ਹੋਣ ਲੱਗੇ ਆਹੀ ਯਾਰਾਂ ਨੂੰ ਰਾਤੀ ਦਸ ਚੜਦਾ ਉਹ ਸਲਾਹ ਦੱਸਦੇ ਰਿਸ਼ਤੇਦਾਰਾਂ ਨੇ ਬਣ ਗਿਆ ਥੋੜ੍ਹਾ ਜਿਹਾ ਰੋਲਾ ਅੱਛਾ ਸਵੇਰੇ ਸਵੇਰੇ ਸਲਾਹ ਬਣੀ ਅੱਛਾ ਤੇ ਬਸ ਫਿਰ ਉਹ ਮਾਇਕ ਨੂੰ ਕੀ ਰੋਲਾ ਬਣ ਗਿਆ ਜੀ ਲੱਖ ਦੀ ਲਾਣੇ ਦੀ ਐਡ ਮੇਰੇ ਹੀ ਰੋਡ ਚਲੇ ਯਹਾਂ ਹੋਰ ਕੁਝ ਸੋਚਿਆ ਤੂੰ ਹੋਰ ਕੁਝ ਕੀ ਸੋਚਿਆ ਜੀ ਬਸ ਅੰਦਰ ਤੈਨੂੰ ਨਹੀਂ ਨਾ ਦੱਸਣ ਵਾਲੇ ਤੇ ਤੂੰ ਸਾਨੂੰ ਤੂੰ ਯਕਦਮ ਸਰਪ੍ਰਾਈਜ਼ ਦਿੱਤਾ ਹੈ ਚੰਗਾ ਸਰਪ੍ਰਾਈਜ਼ ਮੈਨੂੰ ਆਪੇ ਨਹੀਂ ਪਤਾ ਮੈਂ ਤਾਂ ਸਵੇਰ ਦਾ ਨਹਾਤਾ ਵੀ ਨਹੀਂ ਆਹੀ ਹੋਣ ਗਿਆ ਹਾਂ ਮਾਮ ਦੇ ਕੋਲ ਸਾਰਾ ਕਰਾ ਕਰੂ ਕੇ ਤੇ ਕੱਪੜੇ ਵੀ ਹੋਏ ਨਵੇਂ ਇੱਥੇ ਹੀ ਪਾ ਲੈਣੀ ਉੱਥੇ ਜਾ ਕੇ ਪਾਣੀ ਪਾ ਲਾ ਪਤਾ ਲੱਗੇ ਮੈਂ ਆਪੇ ਹੀ ਤੈਨੂੰ ਪਤਾ ਇੰਨਾ ਕੁਛ ਸੋਚਿਆ ਸੀ ਉਹ ਵੀ ਆ ਗਏ ਗੋਗਾ ਪਸੂੜੇ ਯਾਰ ਓਏ ਮਾਂ ਵੀ ਇਹ ਕੀ ਹੋਇਆ ਪੱਛਮੇ ਖੁਦਾ ਦੀ ਬਈ ਮੈਂ ਸੁੱਤਾ ਉੱਠਿਆ ਤੇ ਮੈਂ ਕੁਛ ਕਰਕੇ ਵੀ ਆਇਆ ਮੈਨੂੰ ਆਂਦਾ ਨਿਕਾਹ ਡੋਲਾ ਬਣਿਆ ਮੈਂ ਦਸਤੀਆਂ ਗੱਡੀ ਮੈਨੂੰ ਸਵਾਹ ਚੜਿਆ ਆਇਆ ਫੁੱਲ ਸੱਜੇ ਨੇ ਕੈਨੇਡਾ ਵਿੱਚ ਗਈ ਇਹ ਚੰਗਾ ਕੰਮ ਕੀਤਾ ਸਲਾਮੀ ਸਲਾਮੀ ਆ ਤੈਨੂੰ ਦੇਣੀ ਹਿੰਦੇ ਰੋਲਾ ਬਣ ਗਿਆ ਯਕਦਮ ਯਾਰ ਚੱਲ ਘਰ ਆ
ਮੈਨੂੰ ਆਪੇ ਨੀ ਪਤਾ ਮੈਂ ਸਵੇਰ ਦਾ ਸੁੱਤਾ ਹਾਂ ਜਦੋਂ ਥੋੜ੍ਹਾ ਜਿਹਾ ਰੌਲਾ ਬਣ ਗਿਆ ਰਿਸ਼ਤੇਦਾਰਾਂ 'ਚ ਅਤੇ ਉਹ ਕਹਿੰਦੇ ਨੇ ਵੀ ਕਰੋ ਬਸ ਨਿਕਾਹ ਜੀ ਬਸ ਮੈਂ ਚੱਲਾਂ ਅੱਬਾ ਚੱਲਾਂ ਜੀ ਅਤੇ ਮਾਮੇ ਜਾਣੇ ਤਿੰਨ ਬੰਦੇ ਹੋ ਅਤੇ ਅੰਮੀ ਉਹਨਾਂ ਘਰ ਆ ਲੈਂਦੇ ਜਾਣਾ ਮੰਨਦਾ ਹੀ ਨੀ ਹਜੇ ਤੱਕ ਯਕੀਨ ਨੀ ਹੋਣ ਡਿਆ ਯਾਰ ਮੈਂ ਆਪੇ ਹੀ ਇੰਨਾ ਕੁਛ ਸੋਚਿਆ ਘਰ ਦਾ ਇਹ ਕੰਮ ਨੀ ਮੁੱਕਿਆ ਹਜੇ ਕੁਛ ਨਾ ਬੂਹਾ ਲੱਗਿਆ ਕੋਈ ਨਾ ਗੱਲ ਮੰਨ ਲਿਆ ਘਰ ਬਸ ਕੱਲ ਸੁਬਹ ਤੱਕ ਵੇਖੀ ਹੁਣ ਅਸੀਂ ਜਾਣਾ ਸ਼ਾਮ ਵਾਲੇ ਨਿਕਾਹ ਉੱਥੇ ਸ਼ਾਮ ਵਾਲੇ ਤੁਰ ਪੈਣਾ ਕੱਲ ਸੁਬਹ ਇੱਥੇ ਆਵਾਂਗੇ ਮੈਂ ਵੀ ਚੱਲਿਆ ਨਾ ਦੋਵੇਂ ਜਣੇ ਇੱਕ ਜਣਾ ਤਾਂ ਇੱਥੇ ਵੀ ਹੋਣਾ ਚਾਹੀਦਾ ਓ ਤੂੰ ਆ ਨਹੀਂ ਮੰਨ ਲਿਆ ਘਰ ਮੈਂ ਘਰ ਜਣੂ ਯਾਰ ਦਾ ਵਿਆਹ ਓ ਯਾਰ ਦਾ ਵਿਆਹ ਤੂੰ ਮਮਾ ਮੈਨੂੰ ਤੈਨੂੰ ਪਤਾ ਘਰ ਜਾ ਕਹਿ ਜੇ ਮੇਰਾ ਦੁੱਤ ਜਾਣਾ ਜਨਾਬ ਮੈਂ ਜਨਾਬ ਜਨਾਬ ਮੈਂ ਨਾ ਮੈਨੂੰ ਮੰਨ ਲਿਆ ਘਰ ਜਨਾਬ ਮੰਨਣਗੇ ਨਾ ਤੇ ਮੇਰਾ ਨਾਮ ਟਾ ਨਹੀਂ ਮੰਨ ਲਿਆ ਘਰ ਸਹੀ ਗੱਲ ਇੱਥੇ ਵੀ ਕਿਸੇ ਨੂੰ ਰਹਿਣਾ ਚਾਹੀਦਾ ਇੱਕ ਜਣਾ ਬੰਦਾ ਇੱਥੇ ਹੋਣਾ ਚਾਹੀਦਾ ਅਸੀਂ ਭੈਣੋ ਨਹੀਂ ਨਾ ਪਤਾ ਕੀ ਕਰਨਾ ਹਾਂ ਮੈਨੂੰ ਪਤਾ ਜੋ ਵੀ ਕਰਨਾ ਕਰਨਾ ਕੁਛ ਵੀ ਨਹੀਂ ਤੁਸੀਂ ਜਾਓ ਹਾਂ ਤਾਂ ਤੁਹਾਨੂੰ ਦੱਸਾਂਗਾ ਜਾਓ ਨਾ ਗੱਲ ਸੁਣੋ ਸੇਬਾ ਇੱਥੇ ਕੱਲਾ ਏ ਹੋਰ ਵੀ ਮਾਮਲਾ ਸੌ ਹੁੰਦੇ ਨੇ ਤੁਹਾਨੂੰ ਪਤਾ ਵੀ ਆਹੋ ਅਸੀਂ ਕਰਾਂਗੇ ਤੁਸੀਂ ਜਾਓ ਜੀ ਕੋਈ ਨੀ ਖੈਰ ਉਹ ਕੋਈ ਮਸਲਾ ਨਹੀਂ ਰੂਪ ਚੜਿਆ ਰੂਪ ਚੜਿਆ ਯਕੀਨ ਹੋ ਰਿਹਾ ਕਸਮੇ ਗੱਲ ਇਹਦੇ ਵਿੱਚ ਭਾਵੇਂ ਘਰਦਿਆਂ ਨੂੰ ਹਾਰ ਉਹਨੇ ਪਾੜਿਆ ਕਿ ਮੰਨਣ ਓਏ ਹਾਰ ਤਾਂ ਵੀਡੀਓ ਵਾਸਤੇ ਪਾਇਆ ਉੱਥੇ ਜਾ ਕੇ ਪਾਵਾਂਗੇ ਤੇ ਵੀਡੀਓ ਵਾਸਤੇ ਪਾਇਆ ਪਿੱਛੂ ਕੱਲਾ ਹੈ ਨਾ ਤੂੰ ਘਰ ਲਾ ਜੋ ਬੱਗੂ ਵੀ ਤਿਆਰ ਹੋ ਗਿਆ ਨਹੀਂ ਨਹੀਂ ਜਾਓ ਤੁਸੀਂ ਮਾਵੀ ਚੱਲਿਆ ਅਸੀਂ ਇੱਥੇ ਸ਼ੂਗਰ ਲਾਣਾ ਚੰਗਾ ਸਿਆਣਾ ਪਿਆਣਾ ਤੂੰ ਬੰਦਾ ਸਿਹਬੇ ਨਾਲ ਤੂੰ ਤਿਆਰ ਹੋਰ ਕਿੰਨੇ ਹੀ ਹੰਝਲਾ ਕਿੱਥੇ ਉਹਨੇ ਉਹਦੇ ਉੱਥੇ ਕੰਮ ਸਾਰਾ ਕੁਛ ਆਣ ਕੇ ਕਰਨਾ ਆਪਾਂ ਕਿਹੜਾ ਉੱਥੇ ਰਹਿਣਾ ਪਾਲ ਜਾਣਾ ਵਲੀਮਾ ਕੱਲ ਨਹੀਂ ਵਲੀਮਾ ਦੋ ਦਿਨ ਛੱਡ ਕੇ ਚੱਲੋ ਸਹੀ ਹੈ ਜਾਓ ਤੇ ਆ ਯਾਰ ਨਾ ਬਹਾਨੇ ਕਾ ਤੂੰ ਮਾਰਨ ਦੇ ਤੈਨੂੰ ਪਤਾ ਸਿਆਲਕੋਟ ਗਏ ਉਲਟੀਆਂ ਕੀਤੀਆਂ ਬਾਕੀ ਹੁਣ ਬਾਜ਼ਾਰ ਕਰਾਂਗਾ ਕੱਲ ਮਾੜੀ ਫਿਰ ਤੁਹਾਡਾ ਵੀ ਮਜ਼ਾ ਖਰਾਬ ਹੋਈਏਗਾ ਨਾ ਮਜ਼ਾ ਰਿਹਾ ਕੀ ਜਿਹੜਾ ਖਰਾਬ ਹੋਣਾ ਮਾਵੀ ਦੌੜ ਗਿਆ ਮਾਵੀ ਛੇਤੀ ਤਿਆਰ ਹੋ ਕੇ ਆਉਂਦਾ ਫਿਰ ਨਿਕਲਨੇ ਆ ਜਰਾ ਬਹਾਵਲਪੁਰ ਵੱਲ ਨੂੰ ਤੇ ਬਾਕੀ ਇਹਦਾ ਚਵਲ ਮਾਰ ਗਏ ਇਹ ਧੋਖਾ ਦੇ ਗਿਆ ਸੁਣਾ ਫਿਰ ਕਦੀ ਐਵੇਂ ਦਾ ਵਿਆਹ ਵੇਖੇ ਮੈਂ ਨਾ ਮੰਨ ਛੜਿਆ ਤੈਨੂੰ ਰਿਕਾਰਡ ਕਾ ਕੈਮ ਕਰ ਛੜਿਆ
ਭਾਈ ਆ ਕਾਰ ਸੱਜ ਕੇ ਆ ਗਈ ਹੈ ਬਹੁਤੀ ਮਤਲਬ ਬਹੁਤੀ ਡੈਕੋਰੇਸ਼ਨ ਨਹੀਂ ਕਰਾਈ ਕਿਉਂਕਿ ਫੋਟੋ ਬਸ ਜਾ ਕੇ ਬਹਾਵਲਪੁਰ ਜਾ ਕੇ ਨਾ ਇੱਕ ਵਾਰੀ ਦੁਬਾਰਾ ਸਾਨੂੰ ਡੈਕੋਰੇਸ਼ਨ ਕਰਾਉਣੀ ਪੈਣੀ ਹੈ ਅਤੇ ਇਹ ਜਿਹੜੇ ਫੁੱਲ ਨੇ ਅੱਜ ਰਾਤ 'ਚ ਜਾਂਦੇ ਲੱਥ ਲੁੱਥ ਜਾਣੇ ਨੇ ਅਤੇ ਆਹ ਵੈਸੇ ਘਰੋਂ ਨਿਕਲਣ ਵਾਸਤੇ ਚਲੋ ਮਤਲਬ ਵੀਡੀਓ ਸ਼ੀਡੀਓ ਵਾਸਤੇ ਨਾ ਥੋੜ੍ਹਾ ਸ਼ੌਕੀ ਵਾਸਤੇ ਜਿਹੜਾ ਲਾਏ ਜੇ ਫੁੱਲ ਬਾਕੀ ਜਾਂਦਿਆਂ ਨੂੰ ਜਿਹੜਾ ਨਾ ਚਾਚੂ ਸੁਦਾਗਰ ਹੋਣਾ ਜਿਹੜੀ ਗੱਡੀ ਨੇ ਚਾਹੇ ਦਲਾਵਰ ਹੋਣਾ ਵਾਲੀ ਉਹ ਦੋਵੇਂ ਸੱਜੀਆਂ ਹੋਣਗੀਆਂ ਸ਼ੇਰਵਾਨੀ ਉਹਨਾਂ ਲਈ ਹੋਏਗੀ ਉੱਥੇ ਜਾ ਕੇ ਸ਼ੇਰਵਾਨੀ ਪਾਵਾਂਗੇ ਅਤੇ ਉਹ ਉਸੇ ਕਾਰ 'ਚ ਬਹਿ ਕੇ ਫਿਰ ਤੁਰ ਚਲਾਂਗੇ ਇਹਨੂੰ ਅਸੀਂ ਰਾਤ 'ਚ ਖਿਲਾ ਦਾਂਗੇ ਕਿਉਂਕਿ ਧੋਣ ਵਾਲੀ ਹੋ ਜਾਣੀ ਹੈ ਅਤੇ ਅੱਜ ਸ਼ਾਮ ਨੂੰ ਫਿਰ ਨਿਕਾਹ ਦੇ ਕੱਲ੍ਹ ਸੁਬਾਹ ਫਿਰ ਵਾਪਸ ਬਾਕੀ ਮਾਸ਼ਾਅੱਲਾ ਰਾਣੀ ਸੋਹਣੀ ਲੱਗਣ ਡਈ ਆਪ ਹੀ ਵੀ ਸੋਹਣਾ ਲੱਗ ਰਿਹਾ ਨਾ ਭਾਈ ਆ ਰਾਣੀ ਦੇ ਟੇਪ ਟੂਪ ਲਾਉਣ ਵਾਲੇ ਸੀ ਸਾਰਾ ਸਿਸਟਮ ਕਰਾਉਣ ਵਾਲਾ ਸੀ ਸਾਡੀ ਸਲਾਹ ਆ ਸੀ ਕਿ ਵਿਆਹ ਤੱਕ ਇਹਨੂੰ ਜਿਹੜਾ ਫੁੱਲ ਡੈਕੋਰੇਸ਼ਨ ਕਰਾਂਗੇ ਮਤਲਬ ਉਹ ਕਰਾਂਗੇ ਮੋਡੀਫਾਈ ਕਰਾਂਗੇ ਪਰ ਐਸਾ ਐਮਰਜੈਂਸੀ ਪਈ ਹੈ ਕਿ ਕੁਛ ਵੀ ਨਹੀਂ ਹੋ ਸਕਿਆ ਹੈਂ ਮਾਮੂ ਨੇ ਤਾਂ ਸੇਬ ਨੇ ਬੂਹਾ ਖੋਲ ਦਿੱਤਾ ਬੋੜੀ ਜਰਾ ਹੁਣ ਰਾਣੀ ਨੂੰ ਬਾਹਰ ਕੱਢਣ ਲੱਗੇ ਨੇ ਰਾਣੀ ਨੂੰ ਬਾਹਰ ਕੱਢ ਦੇਣ ਤੇ ਫਿਰ ਚੱਲਦੇ ਆ ਜਰਾ ਕੱਢੋ ਕੱਢੋ ਜਾਣ ਦਿਓ ਦਰਬਾਰ ਵੱਲ ਜਾਣ ਦਿਓ ਜਿਵੇਂ ਤੇਰੇ ਮੈਂ ਵੀ ਤਿਆਰ ਹੋ ਕੇ ਹੁੰਦਾ ਮੈਂ ਚਲਾ ਫਿਰ ਨਾਲ ਫੋਟੋ ਖਿੱਚ ਲਈ ਦੋ ਚਾਰ ਭਾਈ ਆ ਵਿਆਹ ਹੀ ਐਸਾ ਹੋਣ ਡਿਆ ਕਿ ਫੋਟੋਆਂ ਵੀ ਜਰਾ ਨਾ ਬਸ ਹੁਣ ਕੀ ਤੁਹਾਨੂੰ ਦੱਸੀਏ ਯਾਰ ਛੱਡੋ ਪਰਾਂ ਬਾਕੀ ਹੁਣ ਜਿਹੜਾ ਤੁਸੀਂ ਰੱਖੀ ਜਾਣ ਵਾਸਤੇ ਚੱਲੇ ਹਾਂ ਉੱਥੇ ਮੈਨੂੰ ਤਾਂ ਬੰਦ ਕਰ ਵਿਆਹ ਜਾ ਐਮਰਜੈਂਸੀ ਤੇ ਜਾ ਜਾ ਨਹੀਂ ਵਿਆਹ ਮੇਰਾ ਤੇ ਜਾ ਮੈਨੂੰ ਕੋਈ ਰਾਣਗੀ ਨਹੀਂ ਹੋਈ ਉਹਨੂੰ ਕੋਈ ਨਹੀਂ ਰਾਣਗੀ ਰੋਣਗੀ ਉਹਨੂੰ ਪਤਾ ਬਾਅਦ ਲੰਗਰ ਚੁੱਕ ਉਹਨੂੰ ਪਤਾ ਹੁਣ ਜਿਵੇਂ ਕਰਾਂ ਮੈਨੂੰ ਸੱਦਣਾ ਅੱਛਾ ਭਾਈ ਆ ਹੁਣ ਜਿਹੜਾ ਤੁਰੇ ਪਤਾ ਤੁਸੀਂ ਰਾਤ ਸੁਣਾ ਖਿੱਚਦੇ ਆ ਤੇ ਉਹ ਤੋਂ ਬਾਅਦ ਫਿਰ ਚੱਲਦੇ ਹਾਂ ਬਹਾਵਲਪੁਰ ਵੱਲ ਨੂੰ ਆ ਜਾ ਭਾ ਬਾਕੀ ਕੋਈ ਵੀ ਨਹੀਂ ਜਾ ਰਿਹਾ ਬਸ ਇੱਕ ਘੈਂਟ ਡੱਬਾ ਜਾ ਰਿਹਾ ਅਤੇ ਕਾਰ ਜਾ ਰਹੀ ਹੈ ਘੈਂਟ ਡੱਬਾ ਅਸੀਂ ਤਾਂ ਨਾਲ ਲੈ ਕੇ ਚੱਲੇ ਹਾਂ ਕਿਉਂਕਿ ਉੱਥੋਂ ਵਾਪਸ ਹੋਣ ਲੱਗਿਆ ਨਾ ਫਿਰ ਜਿਹੜੇ ਜੀ ਘਰ 'ਚ ਜਾਣਗੇ ਫਿਰ ਉਹਨਾਂ ਨੂੰ ਫਿਰ ਘੈਂਟ ਡੱਬੇ ਬਿਠਾਉਣਾ ਨਾ ਫਿਰ ਇਸ ਵਾਸਤੇ ਇੱਕ ਘੈਂਟ ਡੱਬਾ 'ਤੇ ਕਾਰ ਜਾ ਰਹੀ ਅਤੇ ਜ਼ੈਫਾ ਚਵਲ ਮਾਰ ਗਿਆ ਇਹ ਕਹਿੰਦਾ ਮੈਂ ਜਾ ਪਿੱਛੇ ਵੀ ਕੋਈ ਬੰਦਾ ਰਹਿਣਾ ਚਾਹੀਦਾ ਨਾ ਮੈਂ ਤਾਂ ਸੇਬਾ ਪਿੱਛੇ ਹੀ ਹਾਂ ਨਾ ਬੰਦੇ ਰੱਖਣੇ ਨੇ ਚੂਹੀਆਂ ਰੱਖਣੀਆਂ ਨਹੀਂ ਇਹੀ ਬੰਦਾ ਹੀ ਹਾਂ ਜਾਣ ਦਿਓ ਗੱਡੀ ਉਹ ਅੱਗੇ ਜਾ ਕੇ ਤੁਸੀਂ ਖਿੱਚਣੀ ਪੈਰੀਆਂ 'ਚ ਅੱਛਾ ਜ਼ੈਫਾ ਨੂੰ ਕੋਈ ਯਾਰ ਜ਼ੈਫਾ ਓ ਯਾਰ ਤਿਆਰ ਇਕੱਠੇ ਚੱਲਨੇ ਆ ਕੁਛ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਿਆ ਰਹੀ ਅੱਗੇ ਵੀ ਪਿੱਛੇ ਵੀ ਕੋਈ ਬੰਦਾ ਰਹਿਣਾ ਚਾਹੀਦਾ ਪਿੱਛੇ ਆ ਦੇ ਆ ਨਹੀਂ ਤੂੰ ਮੇਰੇ ਸਾਥ ਦੇ ਯਾਰ ਨਹੀਂ ਯਾਰ ਸਾਸ ਕੋ ਦੇਣਾ ਚੱਲ ਨਾਲ ਚੱਲਨੇ ਕਿਤੇ ਵੀ ਪੜ ਲੈ ਨਾ ਦੋ ਨਫਲ ਪੜਦੇ ਕਿਰਾ ਟਾਈਮ ਲੱਗਣਾ ਵੀ ਉੱਥੇ ਸੇ ਉੱਥੇ ਕੀ ਉਹ ਤੂੰ ਮੇਨ ਉੱਥੇ ਜਾ ਕੇ ਜਾਂ ਤੁਰਨੀ ਆ ਨਾ ਸਫਾ ਖਿੱਚ ਲੈ ਸਟੇਟਸ ਹਜੇ ਨਾ ਸਟੇਟਸ ਲਾਈ ਮੈਂ ਵੀਡੀਓ ਚਾੜਨੀ ਹੈ ਕੱਲ੍ਹ ਮੇਰਾ ਪਤਾ ਨਹੀਂ ਲੋਕ ਭਾਵੇਂ ਪਰਸੋਂ ਚੜੇ ਭਾਵੇਂ ਕੱਲ੍ਹ ਚੜੇ ਵਿਆਹ ਤੋਂ ਬਾਅਦ ਹੀ ਚੜਨਾ ਬੰਪਰ ਵਾਲਾ ਬਸ ਧਿਆਨ ਰੱਖੀ ਭਾਈ ਹੁਣ ਗੱਡੀ ਪਰਤਾਉਣ ਲੱਗੇ ਤੇ ਹੁਣ ਫਿਰ ਲੈ ਕੇ ਚੱਲਨੇ ਆ ਜਾ ਕੇ ਛਾਵੇਂ ਖਿਲਾਰਨੇ ਆ ਫਿਰ ਚੱਚ ਬਗੋੜੀ ਤਿਆਰ ਹੋ ਕੇ ਆਉਣ ਲੱਗੇ ਨੇ ਕੈਡਾ ਡੱਬਾ ਲੈ ਕੇ ਜਾਂਦੇ ਆ ਉਸ ਤੋਂ ਇਲਾਵਾ ਫਿਰ ਮਾਂ ਵੀ ਆਉਣ ਲੱਗਾ ਤਿਆਰ ਹੋ ਕੇ ਫਿਰ ਚੱਲਨੇ ਆ ਯਾਰ ਕੀ ਕਹਿੰਦਾ ਜੀ ਤਿਆਰ ਹੋ ਗਿਆ ਤੇ ਅੱਛਾ ਤੁਸੀਂ ਹੁਣ ਇੱਕ ਹੋਰ ਕੰਮ ਕਰਨਾ ਮੇਰੇ ਤੂੰ ਤਾਂ ਸੇਫ ਨੇ ਸਾਡੇ ਹੁਣ ਜਨਮ ਜਾਣਾ ਇਹ ਕੱਲ੍ਹ ਸੁਬਾਹ ਤੱਕ ਅਸੀਂ ਆ ਜਾਣਾ ਤੇ ਕੱਲ੍ਹ ਸੁਬਾਹ ਦੀ ਭਾਵੇਂ ਤਿਆਰੀ ਲੰਘੇ ਨੇ ਕੱਲ੍ਹ ਸ਼ਾਮ ਤੱਕ ਉਹ ਲਾਈਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਸਾਰੀ ਕੋਠੀ ਨੂੰ ਉੱਤੋਂ ਲਾ ਕੇ ਥੱਲੇ ਤੱਕ ਫੁੱਲ ਲਾਈਟਾਂ ਲਾਈਟਾਂ ਨਾ ਭਰ ਦੇਣ ਭਾਈ ਆ ਮੈਂ ਵੀ ਆ ਗਿਆ ਜੇ ਤਿਆਰ ਹੋ ਕੇ ਲਾਈਟਾਂ ਲੂਟਾਂ ਲੱਗੀਆਂ ਹੋਣੀਆਂ ਸਾਰਾ ਪੂਰਾ ਵੀ ਆਈ ਪੀ ਮਾਹੌਲ ਬਣਿਆ ਹੋਏਗਾ
जीप जी लगन डे पुछेगा तो की कहां तेन यकीन क्यों नहीं हो गया यकीन नहीं होया मूह हट के तो कल कि मौके दे चौका मार के मौका दे दिया फिर ਚਲੋ ਠੀਕ ਜਾਓ ਤਿੰਨ ਮਹੀਨੇ ਮੌਕਾ ਲੈ ਲਓ ਤਾਂ ਤੇ ਤਾਂ ਪੁੱਛਣੇ ਮਾਮਾ ਰਵੜਾ ਸਲੇ ਤੀ ਨਾ ਮੈਨੂੰ ਸਾਬ ਨਹੀਂ ਪਤਾ ਬੜੀ ਯਾਰੀ ਮੈਂ ਮਾਮੇ ਨੂੰ ਗਿਆ ਮਾਮੇ ਨੂੰ ਪ੍ਰੈਂਕ ਮੇਰੇ ਨਾਲ ਹੋਇਆ ਤੇਰੇ ਨਾਲ ਨਹੀਂ ਹੋਇਆ ਯਾਰ ਨਾ ਪੁੱਛਤਾ ਸੂਟ ਪਾ ਕੇ ਕਾਲੀ ਸ਼ਰਟ ਪਾਈ ਕੇ ਜੋ ਲੱਭਾ ਚੱਲੇਗਾ ਓਏ ਨਾ ਇੱਕ ਦੋਰ ਕਮਰੇ ਬਦਲ ਕੇ ਆ ਗਿਆ ਪਰਚੀਆਂ ਕਿੱਥੇ ਨੇ ਤੇਰੇ ਨਾਲ ਤੇ ਚੰਗਾ ਨਿਕਲੇ ਤੈਨੂੰ ਰੱਖ ਮੈਂ ਜਾਣੇ जो तू आख्या मैं करना मैं लवा नहीं शामी लैटा मैं कहना बे पैसे पै शामी लैटा लगन गई इतने भाई ब्याह हो या ना हो मामे ने काम खराब किया मामा बोले तू कह मैं पान लगा मैं मैं शाम ये चंगा प्रैंक किया हार कैसा लभ्या मैं पूरा साल नहीं मैं नहाना मैं दाढ़ी शाड़ी सीधी पतली कराई मैं प्रैंक सही लगे दाढ़ी सीधी करा के आया नहाता हाथ चिट्टा सूट सीधी कराया पाया असल एक दिल खीर पेरे खवाया चल छेती जा मैं पानी रोटी रोटी नहीं खानी मेनू कपड़े दो ਸੁੱਤਾ ਉੱਠਿਆ ਮਾਮਾ ਕਹਿੰਦਾ ਝਰਾਪੀ ਮਾਰ ਕੇ ਮੈਂ ਸੁੱਤਾ ਉੱਠਿਆ ਹੁੰਦਾ ਇੱਕ ਮਿੰਟ ਚ ਆ ਮੈਂ ਯਕੀਨ ਕਰ ਇੱਦਾਂ ਸਮਿੰਟ ਚ ਆ ਮੈਂ ਇੱਕ ਮਿੰਟ ਜਿੱਥੇ ਆ ਗਿਆ ਬਗੈਰ ਇਹਨੂੰ ਮੈਂ ਕਰ ਕੇ ਦੌੜ ਲਾਂਦਾ ਇਹਨੂੰ ਸਾਹ ਚੜਿਆ ਮੈਨੂੰ ਸੱਚ ਮੈਨੂੰ ਇਹ ਹੀ ਘੜੇ ਸੱਚ ਮੈਨੂੰ ਇੱਕ ਮਾਮਲਾ ਕਰ ਮੈਨੂੰ 50% ਮੈਂ ਤੈਨੂੰ ਐਂਡ ਤੱਕ ਨਹੀਂ ਆਂਦਾ ਮੈਂ ਮੰਨੂ ਨਹੀਂ ਯਕੀਨ ਭਾਈ ਆ ਬੋਤਲ ਲਿਆਂਦੀ ਕਿਉਂਕਿ ਮੇਰਾ ਵਿਆਹ ਹੈ ਤੇ ਮੇਰੇ ਵਿਆਹ 'ਚ ਬੋਤਲ ਨਾ ਪੀਏ ਇਹ ਤਾਂ ਗੱਲ ਮਾੜੀ ਤੇ ਭਾਈ ਆ ਚਲੋ ਬਾਕੀ ਅਸੀਂ ਜਿਹੜਾ ਬੈਗ ਦਾ ਸ਼ੁਗਰ ਮਿਲਾ ਲਾਉਂਦੇ ਹਾਂ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਮਜ਼ਾ ਆਇਆ ਕਿ ਨਹੀਂ ਆਇਆ ਮੁੰਡੇ ਬਣਾਏ ਕਿ ਨਹੀਂ ਵਿਆਹ ਵਾਸਤੇ
ਤੇ ਭਾਜਾ ਐ ਸੀ ਅੱਜ ਦਾ ਪ੍ਰੈਂਕ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਮਜ਼ਾ ਆਇਆ ਕਿ ਨਹੀਂ ਆਇਆ ਬਾਕੀ ਜਦ ਤੁਹਾਨੂੰ ਦੱਸਿਆ ਨਾ ਵਿਆਹ ਉਹ ਭਾਜਾ 11ਵੇਂ ਮਹੀਨੇ 'ਚ ਜੇ ਤੁਸੀਂ ਟੈਨਸ਼ਨ ਲੈਣੀ ਵਿਆਹ 11ਵੇਂ ਮਹੀਨੇ 'ਚ 11ਵੇਂ ਮਹੀਨੇ ਤੋਂ ਜਿਹੜਾ ਨਾ ਵਿਆਹ ਆਏਗਾ ਇਹਨਾਂ ਨੂੰ ਮੈਂ ਦੱਸ ਰਿਹਾ ਇਹਨਾਂ ਨੂੰ ਮੈਂ ਬਹੁਤ ਚਿਰ ਦਾ ਦੱਸਿਆ 11ਵੇਂ ਮਹੀਨੇ 'ਚ ਵਿਆਹ ਹੈ ਪਰ ਅੱਜ ਮੰਨ ਗਏ ਨਹੀਂ ਵੇਖ ਲਓ ਨਹੀਂ ਰਿਸ਼ਤੇਦਾਰਾਂ ਦੀ ਤੇਰੀ ਗੱਲ ਤੂੰ ਲਗਵਾਈ ਜਦੋਂ ਮੈਂ ਕਹਿੰਦਾ ਸਾਨੂੰ ਆਇਆ ਹੀ ਕਿ ਉੱਥੇ ਗੱਡੀਆਂ ਕਹਿੰਦਾ ਸਜੀਆਂ ਖਲੋਤੀਆਂ ਨੇ ਅਸੀਂ ਮੰਨ ਗਏ ਗੱਲ ਪੂਰੀ ਐਕਟਰ ਹੈ ਨਾ ਫਿਰ ਐਕਟਰ ਹੈ ਨਾ ਐਕਟਰ ਹੈ ਨਾ ਮੈਂ ਲੈ ਡਾਇਰੈਕਟਰ ਬਹੁਤ ਹੈ ਤੇ ਭਾਈ ਸਾਡਾ ਅੱਜ ਦਾ ਪ੍ਰੈਂਕ ਵੀਡੀਓ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਮਜ਼ਾ ਆਇਆ ਕਿ ਨਹੀਂ ਆਇਆ ਜੇ ਮਜ਼ਾ ਆਇਆ ਨਾ ਤੇ ਇਸ ਵੀਡੀਓ ਨੂੰ ਜੇ ਜਿਹੋ ਜਿਹਾ ਕਰ ਛੱਡਿਆ ਪ੍ਰੈਂਕ ਜੇ ਤਿੰਨ ਲੱਖ ਵਿਊ ਨਾ ਆਇਆ ਫਿਰ ਭਾਈ ਫਿਰ ਕੀ ਕਰ ਲੈ